ਹਾਂਜੀ ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਆਪਣੇ ਕੌਮ ਦੇ ਮਹਾਨ ਜਰਨੈਲ ਪੂਰੀ ਦੁਨੀਆ ਦੇ ਹਰੀ ਸਿੰਘ ਨਲੂਆ ਜੀ, ਹੈ ਨਾ, ਹਾਂਜੀ ਮਹਾਨ ਯੋਧੇ। ਹਾਂਜੀ ਹਾਂ, ਅੱਜ ਵੀ ਜਾਣੇ ਵਰਲਡ ਦੇ ਜਾਣੇ ਇੱਕ ਨੰਬਰ ਦੇ ਜਰਨੈਲ ਨੇ। ਉਹਦੇ ਵਰਗਾ ਕੋਈ ਜਰਨੈਲ ਨਾ ਕੋਈ ਹੋਇਆ ਤੇ ਨਾ ਕੋਈ ਹੋਊਗਾ ਤੇ ਬਾਬਾ ਜੀ, ਇੱਕ ਨਾ ਇੱਥੇ ਦਾ ਜਿਹਦੇ ਬਲੌਗਰ ਜੀ, ਬਾਰੇ। ਆਪਣੇ ਪੰਜਾਬ ਦਾ ਹਾਂਜੀ ਬਲੌਗਰ ਆ, ਤੇ ਹਾਂਜੀ ਉਹ ਹਾਂਜੀ ਕਿਤੇ ਅਫਗਾਨਿਸਤਾਨ ਚ ਗਿਆ ਹੋਣਾ, ਉੱਥੇ ਉਹਨੇ ਦੋ ਚਾਰ ਲੋਕਾਂ ਤੋਂ ਕੁਝ ਪੁੱਛਿਆ ਹੋਣਾ, ਜਾਂ ਆਪਣੇ ਵੱਲੋਂ ਉਹਨੇ ਵਿਚਾਰ ਦਿੱਤੇ ਨੇ ਵੀ ਉਹ ਹਾਂਜੀ ਹਾਂਜੀ ਮਤਲਬ ਗਲਤ ਟਿੱਪਣੀਆਂ ਕੀਤੀਆਂ ਨੇ, ਕਹਿਣ ਦਾ ਮਤਲਬ, ਤੇ ਆਪਣੇ ਹਾਂਜੀ ਪੰਜਾਬ ਵੀ ਦਾ ਹੀ ਆ ਕਿਸੇ ਦੇ ਉਹ। ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ ਬਹੁਤ ਮਾੜੀ ਗੱਲ ਆ। ਲੱਖ ਲਾਹਨਤ ਇੱਦਾਂ ਦੇ ਬਲੌਗਰਾਂ ਦੇ ਜੰਮਣ ਵਾਲੀ ਮਾਂ ਦੇ ਵੀ ਜਿਹੜੇ ਜਾਣੇ ਦੀ ਆਪਣੇ ਇਤਿਹਾਸ ਨੂੰ ਵਿਗਾੜਦੇ ਆ। ਤੇ ਮਾੜਾ ਜਿਹਾ ਮੈਂ ਕਹਿੰਦਾ ਲੋਕਾਂ ਥੋੜਾ ਅਵੇਅਰ ਕਰ ਦਈਏ ਆਪਾਂ ਆਪਣੇ ਮਹਾਨ ਜਰਨੈਲ ਬਾਰੇ, ਥੋੜਾ ਦੱਸ ਦਿਓ ਮਾੜਾ ਜਿਹਾ ਉਹਨਾਂ ਦਾ ਇਤਿਹਾਸ। ਦੇਖੋ ਜਿਹੜਾ ਜਿੱਦਾਂ ਨਾ ਜੀ ਕਵੀ ਨੇ ਲਿਖਿਆ, ਕਹਿੰਦਾ ਧਮਕਾਂ ਪੰਜਾਬ ਦੀਆਂ ਕਾਬਲ ਟੱਪ ਗੰਧਾਰੀ ਗਈਆਂ। ਜੀ ਜਾਣੀ ਵੀ ਕਹਿੰਦਾ ਮਤਲਬ ਕਾਬਲ ਤੋਂ ਵੀ ਅੱਗੇ ਅਫਗਾਨਿਸਤਾਨ ਹੈ ਜੀ। ਓਕੇ ਤੇ ਹਰੀ ਸਿੰਘ ਨਲੂਏ ਨੇ ਕੁੱਟ ਕੁੱਟ ਕੇ ਜਾਣੀ ਦੀ ਪਠਾਣਾ ਨੂੰ ਸਲਵਾਰਾਂ ਪਵਾਤੀਆਂ ਸੀ। ਜੀ ਅੱਜ ਵੀ ਜਾਣੀ ਦੀ ਪਠਾਣੇ ਸੂਟ ਮਸ਼ਹੂਰ ਹੈ ਜੀ, ਅੱਜ ਵੀ ਉਹ ਪਠਾਣ ਸਲਵਾਰਾਂ ਪਾਉਂਦੇ ਆ। ਜੀ ਇਹ ਹਰੀ ਸਿੰਘ ਨਲੂਏ ਦੇ ਜਾਣੀ ਦੀ ਕਹਿਣ ਦਾ ਮਤਲਬ ਜਿਹੜੇ ਹੈਗੇ ਉਹਨਾਂ ਦਾ ਜੋਸ਼, ਉਹਨਾਂ ਦਾ ਜਜ਼ਬਾ, ਜਾਣੀ ਦੀ ਗੁਰੂ ਦੀਆਂ ਰਹਿਮਤਾਂ। ਜੇ ਕਿਸੇ ਵੇਲੇ ਇੰਦਰਾ ਨੇ ਜੀ ਜਰਨੈਲ ਸਿੰਘ ਨੂੰ ਕਿਹਾ ਸੀ ਵੀ ਤੂੰ ਸਾਡੀ ਅਣਖ ਨੂੰ ਵਿਗਾੜ ਦਵਾਂ, ਜੀ ਤੇ ਉਸ ਵੇਲੇ ਜਰਨੈਲ ਸਿੰਘ ਜੀ ਨੇ ਕੀ ਕਿਹਾ ਸੀ, ਕਹਿੰਦਾ ਜਦੋਂ ਧੂਕੇ ਲਿਜਾਂਦੇ ਸੀ ਗਜਣੀ ਦੇ ਬਾਜ਼ਾਰ ਅੰਦਰ, ਮੁਗਲ ਮੰਡੀ ਲਾਉਂਦੇ ਸੀ ਤੁਹਾਡੀਆਂ ਜਨਾਨੀਆਂ ਦੀ, ਉਦੋਂ ਦੱਸੋ ਖਾ ਕਿੱਥੇ ਗਈ ਸੀ ਅਣਖ ਇਹਨਾਂ ਵੱਡਿਆਂ ਹਿੰਦੁਸਤਾਨੀਆਂ ਦੀ। ਕਹਿੰਦਾ ਬਹੁਤ ਹੀ ਗੱਲ ਨੀ, ਉਹ ਜੱਗ ਉੱਤੇ ਦੂਰ ਵਾਲੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ, ਸਾਰੇ ਸਾਡੇ ਕੇਸਰੀ ਨਿਸ਼ਾਨ ਸਾਹਿਬ ਅੱਗੇ ਕਈ ਝੁਕਦੇ ਸੀ ਇਰਾਕ ਤੇ ਇਰਾਨ ਵਾਲੇ। ਕਹਿੰਦਾ ਬਿਨਾਂ ਪੁੱਛਿਆ ਇੱਧਰ ਨੂੰ ਝਾਕਦੇ ਸੀ ਅੱਜ ਸਾਡੇ ਉੱਤੇ ਹੁਕਮ ਚਲਾਉਣ ਵਾਲੇ। ਜੀ ਠੀਕ ਹੈ, ਜਿੱਦਾਂ ਜੋਗਾ ਸਿੰਘ ਜੋਗੀ ਜੀ ਨੇ ਬਹੁਤ ਵਧੀਆ ਲਿਖਿਆ ਜੀ, ਜੀ ਕਹਿੰਦਾ ਉਹਦੇ ਯੋਧੇ ਫੂਲਾ ਸਿੰਘ ਜੇ ਤੇ ਨਲੂਏ ਜੇ ਬਲਵਾਨ, ਸਾਮ ਸਿੰਘ ਜੇ ਟਾਰੀ ਸੂਰਮੇ, ਜੋ ਸੀ ਸਾਡੇ ਸਿੱਖ ਰਾਜ ਦੀ ਸ਼ਾਨ। ਜੀ ਯਾਨੀ ਜਿਹੜਾ ਸਰਦਾਰ ਹਰੀ ਸਿੰਘ ਨਲੂਆ ਜੀ, ਇਹਨਾਂ ਦਾ ਜਿਹੜਾ ਜਨਮ ਆ, ਜੀ ਜਨਮ ਆ ਇਹਨਾਂ ਦਾ ਜੀ ਆਪਣਾ 1794 ਦਾ ਜੀ। ਜੀ ਤੇ ਜਿਹੜੀ ਸ਼ਹੀਦੀ ਹੈ ਇਹਨਾਂ ਦੀ ਇਹ ਹੈਗੀ ਹੈ ਜੀ 1837। ਜੀ ਯਾਨੀ ਕਹਿੰਦਾ ਮਤਲਬ ਦੁਨੀਆਂ ਦਾ ਬਲ ਦਾ ਜਾਣੀ ਦੀ ਇੱਕ ਨੰਬਰ ਦਾ ਜਰਨੈਲ ਸੀ, ਵੀ ਜਿਹਨੇ ਜਾਣੀ ਦੀ ਜਿੱਦਣ ਵੀ ਮੂੰਹ ਕੀਤਾ ਜਾਣੀ ਦੀ ਉੱਥੇ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਤੇ, ਜਿਹਦੇ ਬਾਰੇ ਜੋਗਾ ਸਿੰਘ ਜੋਗੀ ਨੇ ਜਦੋਂ 2001 ਤੋਂ ਲੈ ਕੇ 21 ਤੱਕ ਅਮਰੀਕਾ ਬੈਠਾ ਰਿਹਾ ਅਫਗਾਨਿਸਤਾਨ ਚ, ਪਰ ਫਤਿਹ ਨੀ ਕਰ ਸਕਿਆ। ਕਹਿੰਦਾ ਅੱਜ ਕਾਬਲ ਵਿੱਚ ਕਹਾਣੀਆਂ ਛਿੜਦੀਆਂ, ਬਾਤਾਂ ਪਾਉਂਦਾ ਹੈ ਜਹਾਨ, ਐਸਾ ਜੋਗੀ ਗੁਰਮੁਖ ਬਾਦਸ਼ਾਹ, ਧੂਮਾ ਪਾ ਗਿਆ ਵਿੱਚ ਜਹਾਨ। ਜੀ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਤਿੰਨ ਜਰਨੈਲ ਸੀ ਜੀ ਜਿਹੜੇ ਮੇਨ ਸੀਗੇ, ਸਭ ਤੋਂ ਇੱਕ ਨੰਬਰ ਦੇ ਸੀਗਾ ਸਰਦਾਰ ਹਰੀ ਸਿੰਘ ਨਲੂਆ, ਕਿਆ ਬਾਤ ਹੈ, ਤੇ ਦੂਜੇ ਨੰਬਰ ਦੇ ਸੀ ਅਕਾਲੀ ਫੂਲਾ ਸਿੰਘ, ਜਿਹਨਾਂ ਦੀ ਜਿਹੜੀ ਸ਼ਹੀਦੀ ਆ ਉਹ 1823 ਦੇ ਵਿੱਚ ਨਸ਼ੇਰੀ ਦੀ ਪਹਾੜੀ ਦੇ ਜੀ। ਤੇ ਤੀਜਾ ਜਰਨੈਲ ਸੀਗਾ ਜੀ ਸਾਮ ਸਿੰਘ ਅਟਾਰੀ ਵਾਲਾ, ਜਿਹਨਾਂ ਦੀ ਸ਼ਹੀਦੀ ਹੈ 10 ਫਰਵਰੀ 1846 ਨੂੰ ਜੀ। 1823 ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੁੰਦੇ ਆ, 1837 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ, 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਕਾਲ ਚਲਾਣਾ ਕਰ ਜਾਂਦੇ, 1846 ਦੇ ਵਿੱਚ ਸਾਮ ਸਿੰਘ ਅਟਾਰੀ ਵਾਲੇ ਜੀ ਸ਼ਹੀਦੀ ਪਾ ਜਾਂਦੇ ਆ, 1849 ਦੇ ਵਿੱਚ ਮਹਾਰਾਣੀ ਜਿੰਦ ਕੌਰ ਨੂੰ ਦੇਸ਼ ਨਿਕਾਲਾ ਦਿੱਤਾ ਗਿਆ, ਜਿਹਦੇ ਬਾਰੇ ਜਾਣੀ ਦੀ ਕਵੀ ਨੇ ਦੁਖੀ ਹੋ ਕੇ ਲਿਖਿਆ ਸੀ। ਕਹਿੰਦੇ ਧਮਕਾਂ ਪੰਜਾਬ ਦੀਆਂ ਕਾਬਲ ਟੱਪ ਗੰਧਾਰੀ ਗਈਆਂ, ਅਸੀਂ ਮਾਲਕ ਪੰਜ ਦਰਿਆਵਾਂ ਦੇ ਹਾਰਾਂ ਮੋੜ ਗਲੇ ਵਿੱਚ ਪਈਆਂ,
ਜਦੋਂ ਡੋਗਰੇ ਗਦਾਰੀ ਕਰਕੇ ਚੀਚੀ ਨੂੰ ਦੇ ਕੇ ਚੀਰਾ ਸ਼ਾਮ ਸਿੰਘ ਅਟਾਰੀ ਵਾਲੇ ਨੇ ਕੋਰੇ ਕਾਗਜ਼ ਦੀ ਹਿੱਕ ਤੇ ਚਿੱਠੀ ਲਿਖੀ ਸੀ ਖੂਨ ਦੇ ਨਾਲ, ਜੀ ਜਿਹਦੇ ਬਾਰੇ ਕਵੀ ਨੇ ਲਿਖਿਆ, ਕਹਿੰਦੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ, ਮੈਨੂੰ ਫਿਕਰ ਕਾਸ ਦਾ ਸੀ, ਕਹਿੰਦੀ ਵੀ ਫਿਰ ਮੈਨੂੰ ਕਾਹਦਾ ਫਿਕਰ ਸੀ ਜੇ ਸ਼ਾਮ ਸਿੰਘ ਤਾਰੇ ਕਾਲੀ ਫੂਲਾ ਸਿੰਘ ਵਰਗੇ ਤੇ ਹਰੀ ਸਿੰਘ ਨਲੂਏ ਵਰਗੇ ਜਿਉਂਦੇ ਹੁੰਦੇ, ਨਿਤ ਅਣਖਾਂ ਵਾਚਦੀਆਂ ਜੀ ਚੜ੍ਹਦੀ ਜੰਗ ਜੂੰਝਣ ਦੀ ਲਾ ਲਈ, ਵੀ ਜੰਗ ਚ ਜਾਣ ਦੇ ਬੜੇ ਚਾਅ ਹੁੰਦੇ ਸੀ ਸੂਰਮਿਆਂ ਨੂੰ। ਜੀ ਕਹਿੰਦੇ ਅੱਜ ਤਾਣੇ ਬੁਣਦੀ ਹੈ ਇਹ ਡੋਗਰਿਆਂ ਦੀ ਧਾਣੀ, ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ, ਫਿਰ ਪਹਿਰੇ ਦਾ ਬਹੁਤ ਅਖੀਰਲੇ ਪਹਿਰੇ ਲਿਖਦੀ ਆ, ਜੀ ਕਹਿੰਦੀ ਮੇਰੀ ਫਤਿਹ ਆਖਰੀ ਹੈ ਤੂੰ ਉੱਠ ਗੁਰੂ ਦੇ ਸ਼ੇਰਾ ਜਾ, ਵਿੱਚ ਸਭਰਾਵਾਂ ਦੇ ਲੜ ਲੈ ਜੰਗ ਜਰਨੈਲ ਦੇ ਨੇੜੇ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ, ਸਰਦਾਰ ਹਰੀ ਸਿੰਘ ਨਲੂਏ ਵਰਗਾ ਅੱਜ ਤੱਕ ਕੋਈ ਜਰਨੈਲ ਨਹੀਂ ਹੋਇਆ, ਜੀ ਜਾਣੇ ਜਿਹਦੇ ਜਿਹਨੇ 14,000 ਮੁਰੱਬਾ ਮੀਲ ਤੇ ਕੇਸਰੀ ਨਿਸ਼ਾਨ ਸਭ ਚੜ੍ਹਾਤਾ ਸੀ, ਜਿਹਦੇ ਬਾਰੇ ਕਵੀ ਨੇ ਲਿਖਿਆ, ਕਹਿੰਦਾ 14,000 ਮੁਰੱਬਾ ਮੀਲ ਤੇ ਝੁਲਦਾ ਪਿਆ ਕੇਸਰੀ ਨਿਸ਼ਾਨ, ਹਿੰਦੂ ਸਿੱਖ ਈਸਾਈ ਬਾਹਮਣ ਸਭ ਨੂੰ ਸਾਂਝਾ ਸੀ ਫਰਮਾਨ, ਤੱਕ ਕੇ ਚੜ੍ਹਤ ਨਰਾਲੀ ਸ਼ੇਰ ਦੀ ਲੱਖਾਂ ਬੈਰੀ ਦੇ ਲਿਖ ਬਣਾਉਣਾ, ਜਿਹੜੇ ਆਪਾਂ ਬਾਹਰ ਅੱਜ ਬੱਚੇ ਸਾਡੇ ਜਾ ਰਹੇ ਆ ਨਾ ਹੋਰ ਕੰਟਰੀਆਂ ਦੇ ਵਿੱਚ ਜੀ ਕੰਮ ਕਰਨ ਲਈ ਪੜ੍ਹਾਈ ਕਰਨ ਲਈ, ਜੀ ਤਾਂ ਅੰਗਰੇਜ਼ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਦੇ ਝੁਕਦੇ ਸੀਗੇ, 68 ਦੇਸ਼ਾਂ ਤੋਂ ਆ ਕੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਨੌਕਰੀ ਕਰਨ ਤੇ ਪੜ੍ਹਾਈ ਕਰਨ ਆਉਂਦੇ ਸੀ, ਪੰਜਾਬ ਦਾ 1 ਰੁਪਇਆ ਫੋਰਨ ਕੰਟਰੀਆਂ ਦੇ 125 ਰੁਪਏ ਦਾ ਚੱਲਦਾ ਸੀ, ਇਹ ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਸੀ ਜੀ। ਬਾਬਾ ਜੀ ਮੈਂ ਇੱਕ ਬੇਨਤੀ, 1 ਮਿੰਟ ਮੈਂ ਇਹ ਬੇਨਤੀ ਕਰਨੀ ਆ, ਜਿਹੜਾ ਵੀ ਬਲੌਗਰ ਹੈਗਾ ਹੈ ਨਾ, ਵੀ ਜੇ ਉਹ ਇਤਿਹਾਸ ਤੋਂ ਜਾਣੂ ਨਹੀਂ ਹੈਗਾ ਹੈ ਨਾ, ਵੀ ਮਾੜਾ ਜਿਹਾ ਇਤਿਹਾਸ ਮਤਲਬ ਪੜ੍ਹ ਲਵੇ, ਵੀ ਜੇ ਉਹਨੂੰ ਚਲੋ ਜੇ ਉਹਦੇ ਦਿਲ ਉਹਨੇ ਵੈਸੇ ਮਾਫ਼ੀ ਮੰਗ ਲਈ, ਜੇ ਉਹ ਮਤਲਬ ਅਸਲ ਵਿੱਚ ਜਾਣਨਾ ਚਾਹੁੰਦਾ ਹੈ ਨਾ, ਜੇ ਜਾਣਨਾ ਚਾਹੁੰਦਾ ਗਲਤੀ ਕਰੀ ਨਾ, ਗਲਤੀ ਕਰ ਲਓ ਪਹਿਲਾਂ ਸੋਚਣਾ ਚਾਹੀਦਾ, ਹਾਂਜੀ ਚਲੋ ਹੋ ਗਈ ਗਲਤੀ ਮੰਨਦੇ ਆ ਵੀ ਮਾਫ਼ੀ ਮੰਗ ਵੀ ਲਈ, ਪਰ ਜੇ ਉਹ ਗਲਤੀ ਤੋਂ ਸਿੱਖੇ, ਜੇ ਉਹਨੇ ਇਤਿਹਾਸ ਜਾਣਨਾ, ਮੈਂ ਤੁਹਾਡਾ ਨੰਬਰ ਵੀ ਆਪਾਂ ਜੇ ਵੀਡੀਓ ਆਪਣੀ ਦੇਖਦਾ ਹੋਊਗਾ ਤੁਹਾਡਾ ਨੰਬਰ ਦੇ ਦਿਓ ਉਹਨੂੰ, ਮਾੜਾ ਜਿਹਾ ਇਤਿਹਾਸ ਚੰਗੀ ਤਰ੍ਹਾਂ ਮਤਲਬ ਸਮਝਾ ਦਿਓ ਹੈ ਨਾ, ਵੀ ਕਿਉਂਕਿ ਪਤਾ ਕੀ ਗੱਲ ਆ, ਇੱਕ ਬੰਦੇ ਉਹ ਥੋੜ੍ਹੇ ਥੋੜ੍ਹੇ ਜਿਹੇ ਰੀਸ ਜਾ ਕੇ ਪੁੱਛ ਲਿਆ, ਬਾਬਾ ਜੀ ਵੀ ਅਫਗਾਨਿਸਤਾਨ 'ਚ ਤੁਹਾਨੂੰ ਤੁਸੀਂ ਹਰੀ ਸਿੰਘ ਨਲੂਆ ਨੂੰ ਜਾਣਦੇ ਹੋ, ਠੀਕ ਆ, ਹੁਣ ਆਪਣੇ ਲੋਕ ਇਹੋ ਜਿਹੇ ਨੇ, ਆਪਣੇ ਪੰਜਾਬੀ ਆਪਣਾ ਇਤਿਹਾਸ ਨਹੀਂ ਜਾਣਦੇ, ਆਪਣਾ ਕਿੱਡਾ ਇਤਿਹਾਸ ਵਿਸ਼ਾਲ ਆ, ਉਹ ਯਾਰ ਉਹ ਬਗਾਨੇ ਕਿੱਥੇ ਜਾਣਦੇ ਹੋਣ ਜੀ। ਇੱਕ ਮੈਂ ਤਾਂ ਇਹ ਕਹੂੰਗਾ ਜਿਹੜਾ ਬਲੌਗਰ ਆ ਵੀਡੀਓ ਪਾਉਣ ਵਾਲਾ, ਉਹ ਆਪਣੀ ਮੰਮੀ ਨੂੰ ਪੁੱਛ ਲੈਂਦਾ ਪਹਿਲਾਂ ਵੀ ਭਾਈ ਤੂੰ ਹਰੀ ਸਿੰਘ ਨਲੂਆ ਨੂੰ ਜਾਣਦੀ ਆ, ਇਹ ਜਾਣੀ ਕਹਿਣ ਦਾ ਮਤਲਬ ਪਹਿਲਾਂ ਘਰੋਂ ਮਿਲਦਾ ਹੁੰਦਾ ਜੀ, ਜਾਣੀ ਇੱਕ ਕਿਸੇ ਕੌਮ ਨੂੰ ਜਾਣਦੀ, ਕਿਸੇ ਦੀ ਕੀਤੀ ਹੋਈ ਮਿਹਨਤ ਨੂੰ ਜਾਣਦੀ, ਪਾਣੀ ਦੇ ਵਿੱਚ ਜਾਣਦੀ, ਕਹਿੰਦਾ ਡੁਬੋ ਦੇਣਾ, ਜਾਣੀ ਉਹਨੂੰ ਪੈਰਾਂ ਥੱਲੇ ਧੋ ਲੈਣਾ, ਮਾੜੀ ਗੱਲ, ਕਹਿੰਦੇ ਕੌਮਾਂ ਸਦਾ ਕੁਰਬਾਨੀਆਂ ਦੇ ਅਣਖ, ਮਰੇ ਤਾਂ ਕੌਮ ਹੈ ਮਰ ਜਾਂਦੀ, ਉਸ ਕੌਮ ਨੂੰ ਸਾਰਾ ਜਹਾਨ ਪੂਜੇ, ਜਿਹੜੀ ਕੌਮ ਹੱਸ ਕੇ ਬਿਰਤਾ ਜਰ ਜਾਂਦੀ, ਸਿਰ ਦੇ ਸਰਦਾਰ ਕਹਾਏ ਆਪਾਂ ਤਾਂ ਹੀ ਸਿਰ ਦਸਤਾਰਾਂ ਸੌਂਦੀਆਂ ਨੇ, ਸਿਰ ਦੇਣੋ ਕਦੇ ਨਾ ਸਿੰਘ ਮੂਲ ਡਰਦੇ ਆ, ਪ੍ਰਮੋਦ ਸਿੰਘਾਂ ਤੋਂ ਡਰ ਜਾਂਦੇ, ਕਹਿੰਦਾ ਕੌਮੀ ਅਣਖ ਨੂੰ ਮਾਰੇ ਜਾਂ ਸੱਟ ਦੁਸ਼ਮਣੋਂ ਤੋਂ ਫਿਰ ਸ਼ਾਂਤੀ ਦਾ ਕਿੱਥੇ ਹੈ ਜਾਪ ਹੁੰਦਾ, ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ, ਕੌਮਾਂ ਅੰਦਰ ਕੁਰਬਾਨੀ ਦਾ ਪਾਕ ਜਜ਼ਬਾ, ਕੌਮੀ ਦਿਲਾਂ ਵਿੱਚ ਪੈਦਾ ਆਪਣੇ ਆਪ ਹੁੰਦਾ, ਕਹਿੰਦਾ ਜ਼ੁਲਮ ਕਰਨਾ ਹੁੰਦਾ ਏ ਪਾਪ, ਜੇਕਰ ਤਾਂ ਫਿਰ ਜ਼ੁਲਮ ਤੇ ਆਉਣਾ ਵੀ ਮਹਾਂ ਪਾਪ ਹੁੰਦਾ, ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ, ਤਪਦੇ ਨੂੰ ਗੁਰ ਬਾਣੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਹੁਣ ਜਾਂਦੇ ਜਾਂਦੇ ਮਾੜਾ ਜਿਹਾ ਮੈਨੂੰ ਇਹ ਮਤਲਬ ਮੈਂ ਤਾਂ ਇਹ ਚਾਹੁੰਦਾ ਵੀ ਮਤਲਬ ਚਲੋ ਸਿੱਖ ਕੌਮ ਦੇ ਤਾਂ ਜਿਹੜੇ ਵਿਦਵਾਨ ਨੇ ਉਹ ਤਾਂ ਕਹਿੰਦੇ ਹੀ ਕਹਿੰਦੇ ਨੇ, ਮਤਲਬ ਵਿਸ਼ਵ ਦੀਆਂ ਜਿਹੜੇ ਰਾਈਟਰ ਨੇ ਨਾ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ, ਮਹਾਨ ਜਰਨੈਲ ਦਾ ਅਹੁਦਾ ਦਿੱਤਾ ਹੈ ਨਾ, ਵਿਦੇਸ਼ਾਂ ਦੇ ਵਿੱਚ ਹੁਣ ਕਨੇਡਾ ਅਮਰੀਕਾ ਆਸਟ੍ਰੇਲੀਆ 'ਚ ਉਹਦੀਆਂ ਬੁੱਕਸ ਪਈਆਂ ਨੇ ਕਿਤਾਬਾਂ ਹੈ ਨਾ। ਅਮਰੀਕਾ ਦੇ ਵਿੱਚ ਜੀ ਖਿਡਾਰੀਆਂ ਦੇ ਜਾਣੇ ਦੀ ਟੀ ਸ਼ਰਟ ਨੇ ਅਤੇ ਹਰੀ ਸਿੰਘ ਨਲੂਏ ਦੀ ਫੋਟੋ ਆਹ ਹੁਣ 6 ਮਹੀਨੇ ਪਹਿਲਾਂ ਲੱਗੀ ਹੈ, ਕਿਉਂ ਲੱਗੀ ਹੈ ਜੀ? ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਮੈਂ ਤਾਂ ਬਲੌਗਰ ਨੂੰ ਕਹੂੰਗਾ ਵੀ ਦੋ ਥੱਪੜ ਆਪਣੇ ਖੱਬੇ ਮਾਰ ਗੱਲ ਤੇ ਦੋ ਮਾਰ ਸੱਜੇ, ਸਹੀ ਆ ਗਾਂ ਤੇ ਮਾੜੇ ਮਾੜੇ ਤੈਨੂੰ ਬੋਲਣ ਮਿਲੇ ਵੀ ਅਕਲ ਆ ਜਾਊਗੀ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਠੀਕ ਆ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਸੰਗਤ ਨੂੰ ਚਲੋ ਜਿੰਨੀ ਜਾਣਕਾਰੀ ਦਿੱਤੀ ਆ ਤੇ ਫਿਰ ਆਪਾਂ ਕਿਸੇ ਵਿਸ਼ੇ ਦੇ ਉੱਪਰ ਫਿਰ ਗੱਲ ਕਰਾਂਗੇ ਕਿਸੇ ਦਿਨ, ਹਨਾ। ਹਾਂਜੀ ਜ਼ਰੂਰ ਜੀ, ਜਦ ਮਰਜ਼ੀ ਕਰ ਸਕਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ।